ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਦੀ ਰੌਣਕ ਬਾਜ਼ਾਰਾਂ ਵਿੱਚ ਪੂਰੇ ਜੋਬਨ ਉੱਤੇ ਹੈ। ਸੁਹਾਗਣ ਔਰਤਾਂ ਆਪਣਾ ਸੋਹਲਾ ਸ਼ਿੰਗਾਰ ਕਰਨ ਲਈ ਮੇਕਅਪ ਤੇ ਚੂੜੀਆਂ ਖਰੀਦ ਰਹੀਆਂ ਹਨ, ਮਹਿੰਦੀ ਲਗਵਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਨਵੇਂ ਕੱਪੜਿਆਂ ਤੇ ਗਹਿਣਿਆਂ ਦੀ ਖਰੀਦਦਾਰੀ ਕਰ ਰਹੀਆਂ ਹਨ। ਮਹਿਲਾਵਾਂ ਦੇ ਚਿਹਰਿਆਂ ਉੱਤੇ ਇਸ ਤਿਉਹਾਰ ਦਾ ਉਤਸ਼ਾਹ ਤੇ ਚਾਅ ਸਾਫ਼ ਦਿਖਾਈ ਦੇ ਰਿਹਾ ਹੈ। ਕਰਵਾ ਚੌਥ ਦਾ ਤਿਉਹਾਰ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਮਨਾਉਂਦੀਆਂ ਹਨ। ਪਰਸੋਂ ਨੂੰ ਇਹ ਤਿਉਹਾਰ ਪੂਰੇ ਦੇਸ਼ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਚੂੜੀਆਂ, ਨੈਕਲੇਸ, ਸਭ ਸਮਾਨ ਲੈ ਰਹੇ ਹੈ। ਮਹਿੰਦੀ ਲਗਾਏਂਗੇ ਕੱਲ ਕੋ। ਕਰਵਾ ਚੌਥ ਕੇ ਲਈ ਆਪਣੇ ਪਤੀ ਕੀ ਲੰਬੀ ਉਮਰ ਕੇ ਲਈ ਹਮ ਪੂਰੇ 16 ਸ਼ਿੰਗਾਰ ਖਰੀਦ ਰਹੇ ਹੈ। 16 ਸ਼ਿੰਗਾਰ ਡਾਲੇਂ ਕਰੇਂਗੇ। ਮਹਿੰਦੀ, ਚੂੜੀਆਂ, ਨੇਲ ਪੋਲਿਸ਼, ਲਿਪਸਟਿਕ, ਬਿੰਦੀ, ਸਿੰਦੂਰ, ਬਿਛੂਏ, ਝਾਂਚਰੇ, ਚੂੜਾ, ਸਭ ਕੁਛ ਖਰੀਦ ਰਹੇ ਹੈ।